ਪ੍ਰੋਗਰਾਮ ਮਨ ਕੀ ਬਾਤ ਜਾਰੀ ਏ। ਇਕੱਲੀ ਸਰਕਾਰ ਨਹੀਂ ਬਚਾ ਸਕਦੀ, ਧਰਤੀ ਹੇਠਲਾ ਪਾਣੀ। ਭਗਵੰਤ ਮਾਨ ਨੇ ਬਹੁਤ ਸਿਆਣੀ ਗੱਲ ਕੀਤੀ ਏ ਕਿ ਸਾਰੇ ਲੋਕ ਸਹਿਯੋਗ ਦੇਣ ਤੇ ਪਾਣੀ ਬਚ ਸਕਦਾ। ਇਹਦੇ ਵਾਸਤੇ ਮੈਂ ਭਗਵੰਤ ਮਾਨ ਜੀ ਨਾਲ ਰਲ ਕੇ ਮੁਹਿੰਮ ਚਲਾਵਾਂਗਾ। ਸ਼ਾਮ ਲਾਟ ਜ਼ਮੀਨ ਦੇ ਮਾਮਲੇ ਚ ਕਬਰੇ ਸਬੰਧੀ ਵਿਜੀਲੈਂਸ ਕੋਲ ਕੇਸ ਦਰਜ, ਬੜੀ ਸਿਆਣੀ ਗੱਲ ਏ। ਪਾਕ ਜਾਣ ਵਾਲੇ ਜਥਿਆਂ ਨੂੰ ਸਥਾਨਕ ਲੋਕਾਂ ਦੀ ਮਹਿਮਾਨ ਵਜੋਂ ਗਰੇਜ ਕਰਨ ਦੀ ਹਦਾਇਤ। ਇਸ ਸਬੰਧ ਚ ਮੋਦੀ ਦੇ ਬੰਦਿਆਂ ਨੂੰ ਕੁੱਟ ਪੈਣੀ ਚਾਹੀਦੀ ਏ। ਪਾਕਿਸਤਾਨ ਦੇ ਮੁਸਲਮਾਨ, ਹਿੰਦੁਸਤਾਨ ਦੇ ਭਾਈ ਜਾਂ ਹਿੰਦੂ, ਸਿੱਖ ਜਾਂ ਨਹੀਂ, ਬੋਧੀ, ਭਾਰਤੀ, ਸਾਰੇ ਆਪਸ ਭਰਾ ਭਰਾ ਨੇ ਤੇ ਕੋਈ ਵੀ ਆਪਸ ਫਰਕ ਨਹੀਂ ਰੱਖਦੇ। ਇਸ ਕਰ ਮਹਿਮਾਨਵਾਜੀ ਉਹਨਾਂ ਦੇ ਬੰਦੇ ਦੌਰਾਨ ਵੱਧ ਤੋਂ ਵੱਧ ਹੋਣੀ ਚਾਹੀਦੀ ਏ। ਅਸੀਂ ਉਧਰ ਜਾਈਏ ਵੱਧ ਤੋਂ ਵੱਧ ਹੋਣੀ ਚਾਹੀਦੀ ਏ ਤੇ ਹਾਂ, ਮੋਦੀ ਵਰਗੇ ਜਾਂਦੇ ਉਹਨਾਂ ਨੂੰ ਕੁਟਾਪਾ ਹੋਣਾ ਚਾਹੀਦਾ। ਤੇ ਅੱਗੇ ਆ ਗਿਆ ਜੀ, ਮੁੱਖ ਮੰਤਰੀ ਨੇ ਲਾਈ ਪੜਤਾਲਾਂ ਦੀ ਝੜੀ, ਜੋ ਸਿਆਣੀ ਗੱਲ ਏ। ਦਰਬਾਰ ਸਾਹਿਬ ਚ ਰਮਾਉਣੀ ਮਨਫੀ ਹੋਣ ਦੀ ਤੋਂ ਰਾਗੀ ਚਿੰਤਤ। ਇਹ ਕੋਈ ਬਾਦਲਾਂ ਦੀ ਸਿਆਸਤ ਏ, ਕਿਉਂ ਬਾਦਲਾਂ ਨੂੰ ਧਰਮ ਬਾਰੇ ਤਾਂ ਉੜਾ ਉੜਾ ਨਹੀਂ ਪਤਾ। ਇਹ ਕੋਈ ਨਾ ਕੋਈ ਪੰਗੇ ਲੈਂਦੇ ਰਹਿੰਦੇ ਨੇ। ਧਾਮੀ ਸਾਹਿਬ ਬੇਸ਼ੱਕ ਕਹੀ ਜਾਂਦੇ ਨੇ ਕਿ ਹਰਮੋਨੀਅਮ ਮਨਫੀ ਨਹੀਂ ਕੀਤਾ ਜਾ ਸਕਦਾ, ਪਰ ਮੈਨੂੰ ਅਖੀਰ ਉਮੀਦ ਏ ਧਾਮੀ ਸਾਹਿਬ ਨੇ ਬਾਦਲਾਂ ਥੱਲੇ ਲੱਗ ਜਾਣਾ ਤੇ ਰਾਗੀ ਸਿੰਘ ਦੀ ਦਾਰੇ ਨਾਲ ਗੱਲ ਨਹੀਂ ਦੇਣੀ। ਪਰ ਮੈਂ ਰਾਗੀ ਸਿੰਘ ਨੂੰ ਕਹਾਂਗਾ, ਸਾਰਾ ਸੰਸਾਰ ਤੁਹਾਡੇ ਨਾਲ ਏ ਤੇ ਜਿਹੜੇ ਬੰਦੇ ਇਹੋ ਜਿਹੀ ਗੱਲ ਕਰਨਗੇ ਫੜ ਕੇ ਲੰਮੇ ਪਾ ਜਾਣਗੇ। ਥਾਣੇਦਾਰ ਨੇ ACP ਖਿਲਾਫ਼ ਦਰਜ ਕੀਤੀ ਸ਼ਿਕਾਇਤ, ਸਿਆਣੀ ਗੱਲ ਏ। ਲੋਕ ਨਿਰਮਾਣ ਮੰਤਰੀ ਵੱਲੋਂ ਦਫ਼ਤਰਾਂ ਦੌਰਾ, ਸਿਆਣੀ ਗੱਲ ਏ। ਅੱਗੇ ਖ਼ਬਰ ਆ ਰਹੀ ਏ, ਸਾਬਕਾ ਸਿਹਤ ਮੰਤਰੀ ਖਿਲਾਫ਼ ਨਵੇਂ ਸੁਰਾਗ ਹੱਥ ਲੱਗੇ। ਕਰੀ ਚਲੋ ਭਾਈ, ਹੋਰ ਕੰਮ ਕੀ ਤੁਹਾਨੂੰ ਵਿਹਲੜਨਾ ਹੁਣ ਤਾਂ। ਨਸ਼ੇੜੀ ਨੇ ਦੋਸਤ ਮਜ਼ਦੂਰ ਛੁੱਟਿਆ, ਮਾੜੀ ਗੱਲ ਏ। ਕਰਦਈ ਕਿਸਾਨ ਖੁਦਕੁਸ਼ੀ, ਬਹੁਤ ਮਾੜੀ ਗੱਲ ਏ। ਨਸ਼ੇ ਕਾਰਨ ਨੌਜਵਾਨ ਦੀ ਮੌਤ, ਮਾੜੀ ਗੱਲ ਏ। ਨਿੱਜ ਪਾਰਟੀ ਸਕੱਤਰ ਮੁਤਲ, ਚਲੋ ਇਹ ਕੰਮ ਚੱਲਦੇ ਰਹਿਣੇ ਨੇ। ਅੱਗੇ ਭ੍ਰਿਸ਼ਟਾਚਾਰ, ਵਿਜੇ ਸਿੰਘ ਅਜੋ ਛੱਡੋ ਭ੍ਰਿਸ਼ਟਾਚਾਰ, ਜੇਲ੍ਹ ਜਾਣ ਮਗਰੋਂ ਪਤਨੀ ਵੱਲੋਂ ਸਿੱਧੂ ਨਾਲ ਮਲੇਠੀ ਮੁਲਾਕਾਤ। ਇਸ ਮੁਲਾਕਾਤ ਕਿੰਨਾ ਚੰਗਾ ਹੁੰਦਾ, ਉਹ ਪਤੀ ਨੂੰ ਅਕਲ ਦਿੰਦੀ ਕਿ ਤੂੰ ਜਿਵਣੀਆਂ ਨਾ ਮਾਰਿਆ ਕਰ, ਡੁਪਲੀਕੇਟ ਲਾਈਫ ਤਿਆਗ ਦੇ ਅਤੇ ਗੁਰਬਾਣੀ ਅਨੁਸਾਰ ਆਪਣਾ ਜੀਵਨ ਢਾਲ ਅਤੇ ਹੁਣ ਸਿਆਸਤ ਛੱਡ ਪਰਾਂ, ਮੈਂ ਵੀ ਛੱਡਦੀ ਹਾਂ ਅਤੇ ਰਾਮ ਨਾਮ ਜਪਿਆ ਕਰੀਏ ਅਤੇ ਮਲਾਇਆ ਮਾਲ ਹੜੱਪਣਾ ਛੱਡ ਦਈਏ। ਪਰ ਇਹ ਜਨਾਨੀ ਨੇ ਆਰਾਮ ਦਾ ਮਾਲ ਖਾਧਾ ਹੋਇਆ, ਇਹ ਅਜੇ ਮੱਤ ਨਹੀਂ ਦੇ ਸਕਦੀ। ਸੋ ਸਿੱਧੂ ਵੀ ਆਰਾਮ ਦਾ ਅਤੇ ਇਹਦੀ ਜਨਾਨੀ ਦੀ ਸੋਚ ਬੜੀ ਘਟੀਆ ਅਤੇ ਨੀਚ ਏ। ਲਿਫਟ ਵਿੱਚ ਫਸੇ ਵਕੀਲਾਂ ਨੂੰ 2.5 ਘੰਟੇ ਬਾਅਦ ਕੰਨ ਤੋੜ ਕੇ ਕੱਢਿਆ, ਚਲੋ ਵਧਾਈਆਂ। ਅਗਲੀ ਖ਼ਬਰ ਇਹ ਹੈ, ਜ਼ਿਮਨੀ ਚੋਣ ਤੱਕ ਟਲਿਆ ਅਕਾਲੀ ਦਲ 'ਚ ਲੀਡਰਸ਼ਿਪ ਤਬਦੀਲੀ ਦਾ ਮੁੱਦਾ। ਇਹ ਅਕਾਲੀ ਦਲ ਤਾਂ ਹੈ ਯਬਲਾਂ ਦੀ ਜਮਾਤ, ਇਹਨੂੰ ਦਫ਼ਾ ਕਰੋ। ਔਰ ਪ੍ਰਕਾਸ਼ ਕੁਮਾਰ ਬਾਦਲ, ਸੁਖਬੀਰ ਕੁਮਾਰ ਬਾਦਲ ਦਾ ਕੁਟਾਪਾ ਹੋਣਾ ਚਾਹੀਦਾ। ਬਿਜਲੀ ਸੰਕਟ, ਬਣਾ ਵਾਲਾ ਦਾ ਦਾਬ ਕਰ, 10 ਯੂਨਿਟ ਬੰਦ, ਚਲੋ ਮੈਂ ਕੀ ਲੈਣਾ। ਭਗਵੰਤ ਮਾਨ ਦੀ ਭੈਣ ਤਿਆਗ ਵਿੱਚ ਲੱਗੇ ਪੋਸਟਾਂ 'ਚ ਚਰਚਾ ਛੇੜੀ, ਇਹ ਵੀ ਇੱਕ ਗੰਦੀ ਸਿਆਸਤ ਏ। ਆਰਥਿਕ ਤੰਗੀ ਕਾਰਨ ਮਹਿਲਾ ਮਜ਼ਦੂਰ ਨੂੰ ਖੁਦਕੁਸ਼ੀ, ਮਾੜੀ ਗੱਲ ਏ। ਫਿਨਲੈਂਡ ਦੀ ਸਫੀਰ ਪਰਿਵਾਰ ਦੇ ਦੁਆਰ ਸਾਹਿਬ ਆਈ, ਚਲੋ ਵਧਾਈਆਂ।